ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ, ਤੁਸੀਂ ਇਹਦੇ ਤੇ ਮੈਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਵਟਸਐਪ ਕਾਲ ਕਰ ਸਕਦੇ ਹੋ, ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ, ਸੋਹਣੇ ਸੋਹਣੇ ਸੂਟ ਲੈਣ ਵਾਸਤੇ। ਲਓ ਜੀ, ਆ ਗਵਾਂਢੀਆਂ ਦੇ ਪੋਤੀ ਹੋਈ ਆ, ਉਹਨਾਂ ਦੀ ਲੋਹੜੀ ਲਈ ਆ ਰਹੀ ਆ ਸੀਮਾ ਦੀਦੀ। ਉੱਪਰ ਹੀ ਆ ਜਾਓ। ਹੈਂ, ਵੰਡਣ ਵਾਲੇ ਲੱਡੂ? ਅੱਛਾ, ਪੌੜੀਆਂ ਚੜ੍ਹਨੀਆਂ ਕਿਹੜਾ ਸੌਖੀਆਂ ਨੇ, ਅੰਦਰ ਹੀ ਪਵਾ ਲਓ। ਇੱਥੇ ਕਿੱਥੇ ਲੈ ਕੇ ਆਓਗੇ? ਅੱਛਾ, ਲਓ ਜੀ, ਮੋਤੀ ਚੂਰ ਦੇ ਲੱਡੂ ਵੰਡ ਰਹੇ ਨੇਗੇ ਇਹ। ਦੋ ਦੋ ਇੱਕ ਘਰ ਦੇ ਨੇਗੇ, ਇੱਧਰ ਹੀ ਇਹਨਾਂ ਦੇ ਨੇਗੇ ਭੈਣ ਕੇ, ਸਾਡੇ ਵੀ ਨਾ, ਕਿੰਨੇ ਵਧੀਆ ਨੇਗੇ। ਹਾਂ, ਬਹੁਤ ਸਵਾਦ। ਆਦਮਿੰਦਰ ਬਾਥਰੂਮ ਚਲਿਆ ਗਿਆ ਹੁਣ, ਪਾਪਾ ਜੀ ਨੂੰ ਫੋਨ ਕਰਦਾ। ਲਓ ਜੀ, ਲੋਹੜੀ ਵਾਲੀ ਹੋਈ ਆ ਨੀਚੇ, ਆਪਾਂ ਨੀਚੇ ਚੱਲਦੇ ਆ। ਲਓ, ਇਹਦੇ ਵਿੱਚ ਗੱਚਕ ਰਿਓੜੀਆਂ ਵੀਰ ਜੀ ਕਹਿੰਦੇ ਤੁਸੀਂ ਚੱਲੋ, ਮੈਂ ਆਉਣਾ। ਵਿਆਗਨਾ ਲੱਗ ਜਾਏ ਨਿਕਲਣ ਨੂੰ।
ਥੋੜੇ ਚਿਰ ਬਾਅਦ ਹੋ ਗਿਆ ਸੀ ਲਓ ਜੀ ਆਹ ਦੇਖੋ ਆਪਾਂ ਨੇ ਆਹ ਸੂਟ ਰੈਡੀ ਕੀਤਾ ਹੈਂਡਵਰਕ ਦਾ। ਇਹ ਮਸਲੀਨ ਦੇ ਉੱਪਰ ਹੈਗਾ, ਪਿਓਰ ਮਸਲੀਨ ਦੇ ਉੱਪਰ। ਆਹ ਦੇਖੋ ਇਹ ਸਾਰਾ ਚਾਕਾਂ ਦੇ ਉੱਪਰ ਕੰਮ ਹੋਇਆ ਹੋਇਆ, ਐਂਡ ਆਹ ਘੇਰੇ 'ਤੇ, ਅਤੇ ਆਹ ਹੋਇਆ ਹੋਇਆ ਗਲੇ ਦੇ ਉੱਪਰ। ਆਹ ਦੇਖੋ, ਅਤੇ ਜਿਹੜੀ ਸਲਵਾਰ ਹੈਗੀ ਆ ਉਹ ਆਪਾਂ ਮਜੈਂਟਾ ਰੈਡੀ ਕੀਤੀ ਆ, ਐਂਡ ਮਜੈਂਟਾ ਦੀ ਹੀ ਫਿਨਿਸ਼ਿੰਗ ਦਿੱਤੀ ਆ, ਅਤੇ ਨਾਲ ਆਪਾਂ ਨੇ ਪਰਲਸ ਦੀ ਲੇਸ ਲਗਾਈ ਆ। ਆਹ ਦੇਖੋ ਆਹ ਬਾਜੂ ਵਰਕ, ਐਂਡ ਆਹ ਲੇਸ ਦੀ ਫਿਨਿਸ਼ਿੰਗ ਹੈ, ਲੱਗਦਾ ਜਿਵੇਂ ਕੰਮ ਹੋਇਆ ਹੁੰਦਾ ਇਹ, ਇੱਦਾਂ ਦੀ ਇੰਨੀ ਸੋਹਣੀ ਲੇਸ ਹੈਗੀ ਆ। ਐਂਡ ਬੈਕ ਦਿਖਾਇਓ ਬੇਬੀ ਇਹਦੇ, ਐਂਡ ਬੈਕ 'ਤੇ ਆਪਾਂ ਨੇ ਇਸ ਤਰ੍ਹਾਂ ਬਟਨ ਲਗਾ ਕੇ ਇੱਕ ਗਲਾ ਰੈਡੀ ਕੀਤਾ। ਬਹੁਤ ਪਿਆਰਾ, ਬਹੁਤ ਸੋਹਣਾ ਸੂਟ ਬਣਿਆ ਇਹ। ਅਤੇ ਆਹ ਇਹਦੇ ਨਾਲ ਸਲਵਾਰ ਹੈਗੀ ਆ, ਅੱਜ ਕੱਲ੍ਹ ਇਸ ਤਰ੍ਹਾਂ ਟਰੈਂਡ ਹੈਗਾ। ਅਤੇ ਨੀਚੇ ਆਪਾਂ ਸ਼ਰਟ ਨਾਲ ਦੀ ਮਗਜ਼ੀ ਕੱਢ ਦਿੱਤੀ ਆ। ਇਹ ਬਰੋਕਿਟ ਦੀ, ਪਿਓਰ ਬਰੋਕਿਟ ਦੀ ਸਲਵਾਰ ਆ। ਉਹ ਦੁਪੱਟਾ ਦਿਖਾਇਓ ਬੇਬੀ। ਲਓ ਜੀ, ਪਿਓਰ ਚਨੋਨ ਦਾ ਕਮਲ ਦਾ ਦੁਪੱਟਾ। ਆਹ ਦੇਖੋ ਨੀਚੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਆ ਸਲਵਾਰ ਦੀ। ਆਹ ਦੇਖੋ ਲਓ ਜੀ, ਬਰੋਕਿਟ ਦੀ ਬਰੋਕਿਟ। ਆਹ ਦੇਖੋ ਆਹ ਅੱਗੇ ਆਹ ਸੈਂਟਰ ਦੇ ਵਿੱਚ ਕੰਮ ਹੋਇਆ। ਬੀਬੀ ਦੁਪੱਟਾ ਖੋਲੋ ਤੁਸੀਂ, ਲੇਸ ਦੇਖਣ ਆ ਗਏ। ਹਾਂ ਆਹ ਦੇਖੋ ਆਹ ਕੰਮ ਹੋਇਆ ਹੋਇਆ ਦੁਪੱਟੇ ਦੇ ਵਿੱਚ, ਸਾਰੇ ਹੈਂਡਵਰਕ ਦਾ ਕੰਮ ਆ। ਐਂਡ ਸਾਈਡ 'ਤੇ ਆਪਾਂ ਨੇ ਇਸ ਤਰ੍ਹਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਆ, ਇਹ ਐਨ ਵਰਕ ਦੀ ਤਰ੍ਹਾਂ। ਅਤੇ ਬਹੁਤ ਪਿਆਰੀ ਲੇਸ ਹੈਗੀ ਆ, ਪਿਓਰ ਚਨੋਨ ਦਾ ਕਮਲ ਦਾ ਦੁਪੱਟਾ। ਇਹਨੂੰ ਆਪਾਂ ਵੀਅਰ ਕਰਕੇ ਵੀ ਦਿਖਾ ਦਾਂਗੇ, ਚਲੋ ਹੈ ਨਾ। ਅਤੇ ਸੈਕਿੰਡ ਸੂਟ ਆਹ ਹੈਗਾ, ਅਤੇ ਇਹਦੇ ਨਾਲ ਦਾ ਸੇਮ ਤਾਂ ਹੋ ਸਕਦਾ ਨਹੀਂ ਮਿਲੇ, ਪਰ ਇਹਦੇ ਵਿੱਚ ਹੋਰ ਕਲਰ ਵਗੈਰਾ ਹੈਗੇ ਨੇ। ਜੇ ਤੁਸੀਂ ਕਹੋਗੇ ਕਿ ਆਪਣੀ ਚੋਇਸ ਦਾ ਦੀਦੀ ਕਰਾ ਦਿਉ, ਤਾਂ ਆਪਾਂ ਕਰਵਾ ਦਾਂਗੇ, ਹੈ ਨਾ। ਅਤੇ ਆਹ ਦੇਖੋ ਇਹਦੇ 'ਤੇ ਵਰਕ ਹੋਇਆ ਹੋਇਆ, ਇਹ ਪਿਓਰ ਸ਼ਿਮਰ ਦੇ ਉੱਪਰ ਹੈਗਾ। ਅਤੇ ਆਹ ਨੀਚੇ ਆਪਾਂ ਨੇ ਇਸ ਤਰ੍ਹਾਂ ਡਿਜ਼ਾਇਨਿੰਗ ਕੀਤੀ ਹੋਈ ਆ, ਵਿੱਚ ਵੀ ਕੀਤੀ ਹੋਈ ਆ। ਅਤੇ ਆਹ ਗਲਾ ਇਸ ਤਰ੍ਹਾਂ ਰੈਡੀ ਕੀਤਾ, ਦੇਖੋ ਤੁਸੀਂ ਫਿਨਿਸ਼ਿੰਗ ਵਗੈਰਾ ਐਨ ਚੈੱਕ ਕਰ ਸਕਦੇ ਹੋ। ਅਤੇ ਆਹ ਬਾਜੂ ਆ, ਆਹ ਦੇਖੋ ਬਾਜੂ, ਅਤੇ ਬਹੁਤ ਪਿਆਰਾ ਸੂਟ ਬਣਿਆ ਹੋਇਆ। ਅਤੇ ਬੈਕ ਦੇ ਬੀਬੀ ਬੈਕ ਕਰਿਓ, ਅਤੇ ਬੈਕ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਕਰਕੇ ਡਿਜ਼ਾਇਨਿੰਗ ਕਰ ਦਿੱਤੀ। ਅਤੇ ਆਹ ਇਹਦੀ ਪੈਂਟ ਹੈਗੀ ਆ, ਆਹ ਦੇਖੋ ਆਹ ਪੈਂਟ ਆ ਪ੍ਰਿੰਟਡ, ਅਤੇ ਆਹ ਇਹਦੇ 'ਤੇ ਵਰਕ ਹੋਇਆ ਹੋਇਆ ਐਵੇਂ। ਅਤੇ ਦੁਪੱਟੇ ਦੇ ਵਿੱਚ ਪਿਓਰ ਚਨੋਨ ਦਾ ਕਮਲ ਦਾ ਦੁਪੱਟਾ, ਫੋਰ ਸਾਈਡ ਕੱਟਵਰਕ ਹੈਗਾ, ਅਤੇ ਬਸ ਇਹਦੇ ਵਿੱਚ ਕੱਟਵਰਕ ਹੀ ਆ ਡਬਲ, ਠੀਕ ਹੈ ਜੀ।
ਓ ਸੋਰੀ ਮੇਰੇ ਦਿਮਾਗ 'ਚ ਨਿਕਲ ਗਿਆ। ਆ ਇਹਦੇ ਇੱਥੇ ਫਲਾਰ ਪਾਇਆ ਹੋਇਆ ਐਂਡ ਦੂਸਰੇ ਕੋਰਨਰ 'ਤੇ ਫਲਾਰ ਪਾਇਆ ਹੋਇਆ ਹੈਗਾ ਸੀ, ਮੇਰੇ ਵੀ ਦਿਮਾਗ ਦੇ ਵਿੱਚੋਂ ਸਕਿੱਪ ਹੋ ਗਿਆ ਸੀ। ਆ ਦੇਖੋ ਇੱਧਰ ਇੱਧਰ ਫਲਾਰ ਪਾਇਆ ਹੈ, ਇੱਕ ਖੂੰਜੇ 'ਚ ਉੱਧਰ, ਇੱਕ ਦੇ ਵਿੱਚ ਉੱਧਰ ਹੈਗਾ। ਅਤੇ ਲਓ ਜੀ ਆਹ ਸੂਟ ਪਿਓਰ ਦਾ ਆਪਣਾ ਬਹੁਤ ਹੀ ਜ਼ਿਆਦਾ ਸੁਪਰ ਹਿੱਟ ਹੋਇਆ ਸੀਗਾ ਕੰਸੂਰੀ ਵਰਕ ਵਾਲਾ, ਅਤੇ ਹੁਣ ਤੱਕ ਚੱਲੀ ਜਾ ਰਿਹਾ, ਕਾਫੀ ਸੂਟ ਇਹਦੇ ਨਾਲ ਦੇ ਬਣ ਚੁੱਕੇ ਨੇ। ਆ ਦੇਖੋ ਤੁਸੀਂ ਕਿਸੇ ਵੀ ਕਲਰ 'ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਕਿਉਂਕਿ ਇਹ ਤਾਂ ਡਾਈਏਬਲ ਹੈਗਾ, ਪਿਓਰ ਦਾ ਸੂਟ ਆ। ਆ ਦੇਖੋ ਇਹ ਕੰਸੂਰੀ ਵਰਕ ਵਾਲਾ ਸੂਟ ਹੈਗਾ, ਅਤੇ ਇਹਦੀ ਬੈਕ ਦੇ ਉੱਤੇ ਆਪਾਂ ਵਰਕ ਨਹੀਂ ਸੀ ਕਰਾਇਆ। ਆ ਦੇਖੋ ਆਹ ਗਲਾ ਇਹਦਾ ਆ ਗਿਆ, ਅਤੇ ਬਾਜੂ ਬਹੁਤ ਪਿਆਰਾ ਸੂਟ ਬਣਿਆ ਹੋਇਆ ਇਹ। ਲਓ ਜੀ ਇਹ ਪਿਓਰ ਦੇ ਉੱਪਰ ਰੈਡੀ ਹੋਇਆ ਹੋਇਆ, ਅਤੇ ਇਹਦਾ ਦੁਪੱਟਾ ਹੈਗਾ। ਆਹ ਸਲਵਾਰ ਆ, ਸਲਵਾਰ ਦੇ ਵਿੱਚ ਆਪਾਂ ਨੇ ਇੱਦਾਂ ਹੀ ਡਿਜ਼ਾਇਨਿੰਗ ਕੀਤੀ ਆ, ਗੋਟੇ ਦੀ ਵਰਕ ਨਹੀਂ ਕੀਤਾ ਹੈਗਾ। ਆਹ ਦੇਖੋ ਲਓ ਜੀ ਆਹ ਇਹਦਾ ਦੁਪੱਟਾ ਫੁੱਲ ਹੈਵੀ, ਬਹੁਤ ਪਿਆਰਾ ਕਮਲ ਦਾ ਦੁਪੱਟਾ ਚਨੋਨ ਦਾ, ਅਤੇ ਆਹ ਫੋਰ ਸਾਈਡ ਬਾਰਡਰ ਹੋਇਆ ਹੋਇਆ ਇਹਦੇ, ਅਤੇ ਵਿੱਚ ਬੂਟੇ ਪਾਏ ਹੋਏ ਨੇ। ਅਤੇ ਤੁਸੀਂ ਕਿਸੇ ਵੀ ਕਲਰ 'ਤੇ ਕਰਾ ਸਕਦੇ ਹੋ ਜੇ ਤੁਹਾਨੂੰ ਇਹ ਲਾਈਟ ਲੱਗਦਾ ਤਾਂ। ਠੀਕ ਹੈ ਜੀ ਸੂਟ ਬਹੁਤ ਪਿਆਰਾ ਬਣਿਆ ਹੋਇਆ, ਇਹ ਮਸਟਰਡ ਕਲਰ ਦੇ ਉੱਪਰ ਰੈਡੀ ਕਰਿਆ, ਮਸਲੀਨ ਦੇ ਉੱਪਰ ਸੂਟ ਹੈਗਾ। ਆਹ ਦੇਖੋ ਇਹਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ, ਅਤੇ ਇੱਥੇ ਡਾਰਕ। ਆਹ ਦੇਖੋ ਲਓ ਜੀ ਇੱਧਰ ਹੋ ਗਿਆ, ਆਹ ਗਲੇ ਦੇ ਉੱਤੇ ਆਪਾਂ ਇਸ ਤਰ੍ਹਾਂ ਬਟਨ ਭਰ ਕੇ ਡਿਜ਼ਾਇਨਿੰਗ ਕਰ ਦਿੱਤੀ ਆ। ਆਹ ਦੇਖੋ ਆਹ ਬਾਜੂ ਵਰਕ ਹੈ, ਅਤੇ ਇਹਦੀ ਬੈਕ ਦੇ ਵਿੱਚ 'ਤੇ ਬਹੁਤ ਸੋਹਣਾ ਫਲਾਰ ਪਾਇਆ ਹੋਇਆ। ਆਹ ਦੇਖੋ ਲਓ ਜੀ ਆਹ ਬੈਕ 'ਤੇ ਕੰਮ ਕਰਿਆ ਹੋਇਆ, ਸਾਰੇ ਸੂਟ ਬਹੁਤ ਸੋਹਣੇ ਬਣੇ ਹੋਏ ਨੇ ਭੈਣ ਦੇ। ਅਤੇ ਇਹਦੇ ਨਾਲ ਇਹ ਡਿਜ਼ਾਈਨਰ ਦੁਪੱਟਾ ਆਪਾਂ ਨੇ ਇਹਦੇ ਵਿੱਚੋਂ ਕਲਰ ਚੱਕ ਕੇ ਰੈਡੀ ਕੀਤਾ, ਪਰ ਇਹ ਸੇਮ ਡਿਜ਼ਾਈਨਰ ਦੁਪੱਟਾ ਨਹੀਂ ਮਿਲਣਾ ਹੈਗਾ। ਠੀਕ ਹੈ ਜੀ, ਅਤੇ ਇੱਦਾਂ ਦੁਪੱਟੇ ਲੈ ਕੇ ਆਪਾਂ ਸੂਟ ਤੁਹਾਨੂੰ ਰੈਡੀ ਕਰਵਾ ਕੇ ਦੇ ਸਕਦੇ ਹਾਂ। ਅਤੇ ਆਹ ਇਹਦੇ ਨਾਲ ਸਲਵਾਰ ਬਣੀ ਹੋਈ ਹੈਗੀ ਆ, ਸਲਵਾਰ ਦੇ ਨੂੰ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਕਰਕੇ ਬਣਾਇਆ, ਇਹ ਮਸਲੀਨ ਦਾ ਸੂਟ ਹੈਗਾ। ਲਓ ਜੀ